Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ। ਹਰਨੇਕ ਸਿੰਘ ਨਿਊਜ਼ੀਲੈਂਡ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜੋ ਕਿ ਚਮਕਿਲਵਾਜ਼ਬਾ ਨਾਂ ਦੀ ਆਈਡੀ ਤੋਂ ਲਿਖੀ ਗਈ ਹੈ। ਜਿਹਦੇ ਵਿੱਚ ਕਨਵਰ ਗਰੇਵਾਲ ਦੀ ਇੱਕ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ ਇੱਕਾ ਖੱਚ ਦੀ ਗੱਲ ਸੁਣ ਲਓ। ਕਹਿੰਦਾ ਸਿੱਧੂ ਮੂਸੇਵਾਲਾ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗਿਆ। ਇਸ ਦੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲਿਆਂ ਦਾ ਕੋਈ ਕਸੂਰ ਨਹੀਂ। ਉਹਦੇ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ ਸੀ ਤਾਂ ਰੱਬ ਨੇ ਉਹਨਾਂ ਤੋਂ ਮਰਵਾਇਆ ਏ ਇਸ ਦੇ ਕਹਿਣ ਮੁਤਾਬਕ ਤਾਂ ਸਾਰਾ ਕਸੂਰ ਹੀ ਸਿੱਧੂ ਦੀ ਮਾਂ ਦਾ ਹੈ ਕਿਉਂਕਿ ਪਿਛਲੇ ਜਨਮ ਚ ਕਰਮ ਤਾਂ ਉਹਨੇ ਮਾੜੇ ਕੀਤੇ ਹੋਏ ਸੀ ਜੋ ਹੁਣ ਅੱਗੇ ਆ ਗਏ ਹੁਣ ਉਹ ਮਾਂ ਇਹਦੇ ਕਹਿਣ ਤੇ ਆਪਣੇ ਪਿਛਲੇ ਜਨਮ ਦੀ ਗੱਠੜੀ ਨੂੰ ਫਰੋਲੇ ਯਾਰੋ ਮਾਂ ਪਿਓ ਤਾਂ ਪਹਿਲਾਂ ਹੀ ਬਹੁਤ ਦੁਖੀ ਹੋਣਗੇ ਹੁਣ ਇਹਦੇ ਕਹਿਣ ਤੇ ਉਹ ਆਪਣੇ ਆਪ ਨੂੰ ਹੀ ਕਸੂਰਵਾਰ ਸਮਝਣ ਨਾਲੇ ਕਿਹੜੀ ਬਾਣੀ ਦੀ ਗੱਲ ਕਰ ਰਿਹਾ ਏ ਕਿ ਸੇਵੀ ਗੁਰੂ ਸਾਹਿਬਾਨ ਨੇ ਪਿਛਲੇ ਜਾਂ ਅਗਲੇ ਜਨਮਾਂ ਦੇ ਚੱਕਰ 'ਚ ਨਹੀਂ ਪਾਇਆ ਇਸ ਦੇ ਕਹਿਣ ਮੁਤਾਬਕ ਤਾਂ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਸ਼ਹੀਦ ਹੋਏ ਨੇ ਜਾਂ ਸਹਬਜ਼ਾਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਮਾਰਨ ਵਾਲਿਆਂ ਦਾ ਕੋਈ ਕਸੂਰ ਨਹੀਂ ਉਹ ਸਭ ਤਾਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗਏ ਨੇ ਅਸੀਂ ਹੁਣ ਤੱਕ ਬਿਨਾਂ ਗੱਲੋਂ ਹੀ ਉਹਨਾਂ ਦੇ ਕਾਤਲਾਂ ਨੂੰ ਪਿੱਟਦੇ ਰਹੇ ਸਾਰਾ ਕਸੂਰ ਤਾਂ ਉਹਨਾਂ ਦੀਆਂ ਮਾਮਾ ਦਾ ਸੀ ਲਖਜੀ ਲਾਨ ਤੇ ਇਹੋ ਜੇ ਬੰਦੇ ਦੇ ਮਾਮਾ ਸੂਫੀਆਨਾ ਦੇ ਸੋ ਤੁਹਾਡੇ ਇਸ ਦੇ ਸਬੰਧ ਵਿੱਚ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਪਹਿਲੀ ਵਾਰ ਤੁਸੀਂ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ